ਪੰਜਾਬ ਦੇ ਲੋਕ ਇਸ ਗੱਲ ਤੋਂ ਬਿਲਕੁਲ ਜਾਣੂ ਨੇਗੇ ਕਿ ਪੰਜਾਬ ਦੇ ਅੰਦਰ ਜਦੋਂ ਪੰਜ ਸਾਲ ਕਾਂਗਰਸ ਪਾਰਟੀ ਦਾ ਰਾਜ ਰਿਹਾ, ਉਹਨਾਂ ਨੂੰ 4.5 ਸਾਲਾਂ ਬਾਅਦ ਆਪਣਾ ਮੁੱਖ ਮੰਤਰੀ ਬਦਲਣਾ ਪਿਆ। ਕਿਉਂ ਬਦਲਿਆ? ਕਿ ਉਹਨਾਂ ਨੇ ਕੰਮ ਨਹੀਂ ਕੀਤਾ ਸੀਗਾ, ਔਰ ਉਸ ਤੋਂ ਬਾਅਦ ਇੱਕ ਮੁੱਖ ਮੰਤਰੀ ਬਣਾਇਆ ਜਿਹੜਾ 3 ਮਹੀਨੇ ਲਈ ਬਣਿਆ, ਜਿਹੜਾ ਸਿਰਫ ਐਲਾਨ ਕਰਦਾ ਸੀਗਾ। ਬਾਅਦ ਇੱਕੋ ਇੱਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਜਿਹੜਾ ਲਗਾਤਾਰ ਲੋਕਾਂ ਦੇ ਕੰਮ ਕਰ ਰਿਹਾ ਹੈਗਾ, ਲਗਾਤਾਰ ਲੋਕਾਂ ਦੇ ਹੱਕ ਵਿੱਚ ਜਿਹੜਾ ਹੈਗਾ ਉਹਨਾਂ ਦਾ ਹਰਾ ਪੈਨ ਚੱਲ ਰਿਹਾ ਹੈਗਾ। ਸੋ ਜਿਹੜੇ ਗੱਲਾਂ ਕਰਨ ਵਾਲੇ ਨੇਗੇ, ਫੁੱਟਪਾਊ ਤਾਕਤਾਂ, ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਮੂੰਹ ਨਹੀਂ ਲਾਉਣਾ। ਪਾਰਟੀ ਦਾ ਜਨਮ ਜਿਹੜਾ ਕਰਪਸ਼ਨ ਦੇ ਅਗੇਂਸਟ ਇੱਕ ਮੂਵਮੈਂਟ, ਤੁਹਾਨੂੰ ਸਭ ਨੂੰ ਪਤਾ ਹੈਗਾ ਚੱਲੀ ਆ, ਉਸ ਮੂਵਮੈਂਟ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਜਨਮ ਹੁੰਦਾ ਹੈਗਾ। ਸੋ ਬਿਲਕੁਲ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਆ, ਭ੍ਰਿਸ਼ਟਾਚਾਰ ਨੂੰ ਖਤਮ ਕਰਾਂਗੇ। ਜਿਹਨੇ ਵੀ ਭ੍ਰਿਸ਼ਟਾਚਾਰ ਕੀਤਾ, ਚਾਹੇ ਉਹ ਸਾਬਕਾ ਚਾਹੇ ਪ੍ਰੈਜ਼ੈਂਟ ਆ, ਚਾਹੇ ਕੋਈ ਬਿਊਰੋਕਰੇਟ ਆ ਚਾਹੇ ਕੋਈ ਹੋਰ ਹੈਗਾ, ਉਹਦੇ ਖਿਲਾਫ ਕਾਰਵਾਈ ਹੋਣੀ ਆ। ਕੋਈ ਵੀ ਕਾਨੂੰਨ ਤੋਂ ਵੱਡਾ ਨਹੀਂ ਹੁੰਦਾ, ਸਾਰੇ ਕਾਨੂੰਨ ਤੋਂ ਛੋਟੇ ਹੁੰਦੇ ਨੇਗੇ। ਸੋ ਕਾਨੂੰਨ ਆਪਣਾ ਕਾਰਵਾਈ ਕਰ ਰਿਹਾ, ਸੋ ਡਰਨ ਦੀ ਲੋੜ ਨਹੀਂ। ਮੈਂ ਸਮਝਦਾ ਅੱਜ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਇੱਕ ਮੁਹਿੰਮ ਚੱਲ ਰਹੀ ਹੈ, ਭ੍ਰਿਸ਼ਟਾਚਾਰ ਬਚਾਓ ਮੁਹਿੰਮ ਉਹਨਾਂ ਦੀ ਚੱਲ ਰਹੀ ਆ, ਔਰ ਅਸੀਂ ਭ੍ਰਿਸ਼ਟਾਚਾਰ ਦਾ ਖਾਤਮਾ ਕਰਨਾ ਗਾ ਨੇਗੇ। ਮੈਂ ਸਮਝਦਾ ਪੰਜਾਬ ਦੇ ਅੰਦਰ ਜਿਹੜੀ ਬਾਈ ਇਲੈਕਸ਼ਨ ਜਲੰਧਰ ਦੀ ਹੋ ਰਹੀ ਆ, ਇਹਦੇ ਵਿੱਚ ਬਿਲਕੁਲ ਮੁੱਦਿਆਂ ਦੇ ਆਧਾਰ 'ਤੇ ਚੋਣ ਹੋਣੀ ਆ, ਔਰ ਉਹ ਮੁੱਦਿਆਂ ਦੇ ਅੰਦਰ ਆਮ ਆਦਮੀ ਪਾਰਟੀ, ਕਿਉਂ ਇਕੱਲੀ ਪਾਰਟੀ ਹੈ ਜਿਹੜੀ ਕੰਮ ਦੀ ਰਾਜਨੀਤੀ ਕਰਦੀ ਆ। ਸੋ ਸ਼ਸ਼ੀਰ ਰਿੰਕੂ ਜੀ ਬੜੇ ਲੰਬੇ ਅਰਸੇ ਤੋਂ, ਜਦੋਂ ਪਿਛਲੀ ਵਾਰ ਵਿਧਾਨ ਸਭਾ ਦੇ ਮੈਂਬਰ ਸੀ, ਮੈਂ ਵੀ ਉਸ ਸਮੇਂ ਆਪੋਜੀਸ਼ਨ ਦਾ ਲੀਡਰ ਸੀ। ਓਵਰ ਕੌਨਫੀਡੈਂਸ ਕਦੇ ਵੀ ਨਹੀਂ ਆਉਣਾ ਚਾਹੀਦਾ। ਸਾਡੇ ਸਾਰੇ ਵਲੰਟੀਅਰ ਸਾਥੀ ਆਏ ਸੀ, ਇੱਕ ਭਰਮਾ ਬਹੁਤ ਵੱਡਾ ਇਕੱਠ ਸੀ। ਅੱਜ ਦਾ ਇਕੱਠ ਵੀ ਇਸ ਗੱਲ ਦਾ ਸਬੂਤ ਆ ਕਿ ਜਿੱਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਪੱਕੀ ਆ। ਪਰ ਬਿਲਕੁਲ ਵੀ ਓਵਰ ਕੌਨਫੀਡੈਂਸ ਨਹੀਂ। ਸਾਡੇ ਸਾਰੇ ਜਿੰਨੇ ਵੀ ਨੇਤਾ ਸਾਹਿਬਾਨ ਆਏ ਨੇ, ਸਾਰੇ ਦਿਨ ਰਾਤ ਕੰਮ ਕਰਨਗੇ, ਮਿਹਨਤ ਕਰਨਗੇ, ਇਕੱਲੇ ਇਕੱਲੇ ਵੋਟਰ ਨੂੰ ਟੱਚ ਕਰਨਗੇ, ਜਾ ਕੇ ਮਿਲਾਂਗੇ। ਔਰ ਪਾਰਟੀ ਦੀਆਂ ਨੀਤੀਆਂ, ਸਰਕਾਰ ਨੇ ਜਿਹੜੇ ਕੰਮ ਕੀਤੇ ਨੇ।